कंस सारा। कंस कहाँ के रहने वाले हो? दूर नेपाल का। कहाँ के रहने वाले हो? नेपाल का। कितनी देर हो गई यहाँ काम? बहुत देर। कितनी देर हो गई? काला काला तो करो जरूर। बहुत देर। हाँ। बहुत देर। पैसे मिलते हैं? पैसे नहीं मिलता है। क्या करते हैं? जॉब कुछ। खाना देते हैं? खाना दे। मारते हैं? हाँ। कितना मारते हैं? मार रहा आड़ के। कितना काम करते हैं? पैसा नहीं देते। हाँ जी संगा जी, मेरा पिंड फतेहां दा गोंदवाला साहब दे लागे रहण वाला। इसे महीना हो गया मैं आपकी मर्जी ना ऐसे काम कर देना। 7000 रुपया तनखा की है। पहला तो मैं तरन तार रहना ना उथे काम करता, उतो बाद इतने आ गया तो इतने बाद च सीधा इतने महीना हो गया मैं आए नी, ज़्यादा टाइम नहीं आया। ਭਾਅ ਜੀ ਮੇਰਾ ਨਾਮ ਜਗਰੂਪ ਸਿੰਘ ਆ, ਸਾਡੀ ਸੰਸਥਾ ਬਾਬਾ ਫਤਿਹ ਸਿੰਘ ਨਾਥ ਆਸ਼ਰਮ। ਕਿਉਂਕਿ ਇਹ ਭਾਅ ਜੀ ਅੱਗੇ ਵੀ ਇਹਨਾਂ ਕੋਲ ਪਿਛਲੇ ਦਿਨ ਬੰਦਾ ਛਡਾ ਖੜਿਆ, ਸਾਡੇ ਕੋਲ ਲਿਖਤੀ ਪਿਆ ਵਾ, ਦੂਜੀ ਸੰਸਥਾ ਨੇ ਤੇਰਾ ਆਸਰਾ ਸੁਸਾਇਟੀ ਨੇ ਸਾਡੇ ਕੋਲ ਲਿਖਤੀ ਪਿਆ ਵਾ ਕਿ ਜੇ ਸਾਡੇ ਕੁੱਲ ਚੋਂ ਕਿਤੇ ਬੰਦਾ ਲੱਭ ਤਾਂ ਸਾਡੇ ਕਾਨੂੰਨੀ ਕਾਰਵਾਈ ਕਰ ਦਿਓ। ਉਹਨਾਂ ਕਾਨੂੰਨੀ ਕਾਰਵਾਈ ਨਹੀਂ ਕੀਤੀ, ਅੱਜ ਫਿਰ ਇਹਨਾਂ ਕੋਲ 3 ਬੰਦੇ ਬਰਾਮਦ ਹੋ ਗਏ। ਜਿਹੜਾ ਪੰਜਾਬੀ ਬੰਦਾ ਵਾ ਉਹ ਕਹਿੰਦਾ ਵਾ ਮੈਂ ਮਤਲਬ ਮੈਂ ਮਰਜ਼ੀਆਂ ਰਹਿ ਰਿਹਾ, 1 ਘੰਟੇ ਬਾਅਦ ਤੁਹਾਨੂੰ ਦੇ ਦਿਓ, ਇਹੋ ਬੰਦਾ ਬੋਲੂਗਾ ਮੇਰੇ ਨਾਲ ਕੀ ਕਰਦੇ ਆ। ਜਿਹੜਾ ਨੇਪਾਲੀ ਆ ਉਹ ਤੁਹਾਡੇ ਸਾਹਮਣੇ ਵੇਖ ਲਓ ਕਿ ਅੰਦਰ ਉਹਨਾਂ ਵਾੜ ਲਿਆ ਕਿੱਦਾਂ ਹਾਲਾਤਾਂ 'ਚ ਵਾੜ ਰਿਹਾ। ਜੇ ਤਾਂ ਇਹਨਾਂ ਬੰਦੇ 3 ਦੇ ਠੀਕ ਆ, ਨਾ ਦਿੱਤੇ ਇਹਨਾਂ 'ਤੇ ਕਾਨੂੰਨੀ ਕਾਰਵਾਈ ਕਰਾਵਾਂ। ਪਰ 2 ਬੰਦੇ ਨਜ਼ਰ ਆਉਂਦੇ, ਤੀਜੇ ਬੰਦੇ ਦੀ ਗੱਲ ਚੱਲਦੀ ਪਈ ਆ, ਦੇ ਦੇਣਗੇ ਠੀਕ ਆ, ਨਹੀਂ ਤਾਂ ਸਾਡੇ ਕੋਲ ਬਗੈਰ ਤਾਂ ਪ੍ਰੂਫ ਹੈਗੇ ਬਾਅਦ 'ਚ ਪ੍ਰੂਫ ਜਨਤ ਕਰ ਦਾਂਗੇ ਉਹ ਬੰਦਾ ਸਾਬਤ ਕਰੋ। ਇਹਨਾਂ ਬੰਦਾ ਸਾਡੇ ਕੋਲ ਸੰਸਥਾ ਉੱਥੇ ਰਹਿੰਦੇ, ਇਹਨਾਂ ਦੇ ਵੈਰੀਫਿਕੇਸ਼ਨ ਕਰਕੇ ਇਹਨਾਂ ਦੇ ਘਰਾਂ ਜਾਵਾਂ। ਜਿਹੜਾ ਅੱਗੇ ਪਿਛਲੀ ਵਾਰ ਬੰਦਾ ਛੱਡਾਇਆ ਉਹ ਆਪਣੇ ਘਰ ਪਹੁੰਚ ਗਿਆ, ਇਹ ਵੀ ਬੰਦੇ ਘਰ ਜਾਣਗੇ, ਇਹਨਾਂ ਦੇ ਮਹੀਨੇ ਤੱਕ ਘਰ ਲੱਭ ਜਾਣੇ ਆ। ਅਸੀਂ ਆਣ ਕੇ ਵੇਖਿਆ ਜੀ, ਇੱਕ ਮਿੰਟ ਵੇਟ ਕਰੋ, ਅਸੀਂ ਗੁੱਜਰਾਂ ਦੇ ਡੇਰੇ 'ਤੇ ਆਏ, ਇੱਥੇ ਆਣ ਕੇ ਵੇਖਿਆ 2 ਬੰਦੇ, ਇੱਕ ਮਨਜੀਤ ਸਿੰਘ ਆ ਅਤੇ ਇੱਕ ਮੁੰਡਾ ਕੰਸ ਰਾਜ। ਇਹ ਦੋਵੇਂ ਬੰਦੇ ਆ, ਕੰਸ ਰਾਜ ਨੂੰ ਬੀਬੀ ਨੇ ਨਾ ਅੰਦਰ ਵਾੜ ਲਿਆ ਸ਼ਟਰ 'ਚ, ਅਤੇ ਪਿਆਰ ਮੁਹੱਬਤ ਨਾਲ ਇਹਨੂੰ ਸ਼ਟਰ ਦਾ ਖਿਲਾ ਕੇ ਬਾਹਰ ਲਿਆਏ ਹਾਂ। ਉਸ ਬੰਦੇ ਨੂੰ ਪੁੱਛਿਆ ਕੰਸ ਰਾਜ ਨੂੰ ਵੀ ਤੈਨੂੰ ਕੋਈ ਪੈਸਾ ਦਿੰਦੇ? ਉਹ ਆਂਦਾ ਮੈਨੂੰ ਪੈਸਾ ਨਹੀਂ ਦਿੰਦੇ, ਮੈਨੂੰ ਰੋਟੀ ਪਾਣੀ ਜ਼ਰੂਰ ਖਵਾਉਂਦੇ ਆ ਅਤੇ ਮੈਂ ਰੋਟੀ ਪਾਣੀ 'ਤੇ ਮੈਨੂੰ ਕੋਈ ਪੈਸਾ ਨਹੀਂ ਦਿੰਦਾ। ਅਤੇ ਇਹਨੂੰ ਪੁੱਛਿਆ ਕਿੰਨਾ ਚਿਰ ਹੋ ਗਿਆ? ਆਂਦਾ ਕਾਫੀ ਦੇਰ ਦਾ ਇੱਥੇ ਰਹਿੰਦਾ, ਇਹ ਨਹੀਂ ਪਤਾ ਵੀ ਸਾਲ ਹੋ ਗਿਆ ਜਾਂ 2 ਸਾਲ ਹੋ ਗਏ ਆ, ਇਹ ਤਾਂ ਇਹਨਾਂ ਨੂੰ ਪਤਾ। ਆ ਮਨਜੀਤ ਸਿੰਘ ਨੂੰ ਪੁੱਛਿਆ, ਇਹ ਵੀ ਕਹਿੰਦਾ ਵੀ ਮੈਨੂੰ ਮਹੀਨਾ ਕੁ ਹੋ ਗਿਆ ਇੱਥੇ ਆਏ ਨੂੰ, ਇਹ ਹੈਗਾ ਫਤਿਹਾਬਾਦ ਦਾ ਵਾ, ਸਾਨੂੰ ਨਹੀਂ ਪਤਾ ਮਹੀਨਾ ਹੋ ਗਿਆ ਜਾਂ 1.5 ਹੋ ਗਿਆ ਵੇ ਜਾਂ ਮਹੀਨੇ ਦੇ ਕਰੀਬ ਲਾ ਲਓ। ਹੁਣ ਇਹਨਾਂ ਨੂੰ ਅਸੀਂ ਦੋਵਾਂ ਪਾਰਟੀਆਂ ਦੋਵਾਂ ਜਵਾਨਾਂ ਨੂੰ SHO ਕੋਲ ਲੈ ਕੇ ਚੱਲੇ, ਉੱਥੇ ਜੋ ਬਣਦਾ ਹੋਊਗਾ ਨਿਆਂ ਇਹਨਾਂ ਨੂੰ ਦਿੱਤਾ ਜਾਊਗਾ, ਜੇ ਕਾਰਵਾਈ ਕਰਨੀ ਹੋਗੀ ਤਾਂ ਕਾਰਵਾਈ ਕਰ ਦਾਂਗੇ ਇਹਨਾਂ। ਬੰਦੇ ਰੱਖਣ ਦਾ ਸਰ ਜੀ ਰੋਲਾ ਤਾਂ ਕਾਂ ਤਾਂ ਪਰ ਆਪਣੀ ਮਰਜ਼ੀ ਨਾਲ ਬੰਦਾ ਰਹਿਣਾ, ਤੁਸੀਂ ਬਿਆਨ ਤਾਂ ਅੱਗੇ ਲੈ ਲਿਆ ਦੇਖੋ, ਉਹ ਸਭ ਕੁਝ ਦੱਸੀ ਜਾਣ ਡਿਆ ਮੇਰੇ ਕੋਲ 7000 ਰੁਪਇਆ ਮਹੀਨਾ ਹੋਈ ਤਨਖਾਹ ਅਤੇ ਆਪਣੀ ਮਰਜ਼ੀ ਨਾਲ ਰਹਿੰਦਾ ਵਾ। ਹਾਲੇ ਵੀ ਤੇਰੇ ਸਾਹਮਣੇ ਤੁਸੀਂ ਬੰਦੇ ਨੂੰ ਬੇਸ਼ੱਕ ਲੈ ਕੇ ਪੁੱਛ ਲਓ ਜਿੱਦਾਂ ਮਰਜ਼ੀ, ਜੇ ਇਹਦਾ ਦਿਲ ਮੰਨਦਾ ਤਾਂ ਰਹੂਗਾ, ਨਹੀਂ ਤਾਂ ਜੋ ਜੇ ਕੋਈ ਕਹਿੰਦਾ ਉਹ ਕਰਦਾ। ਉਹ ਤਾਂ ਸਭ ਕੁਝ ਦੱਸਣ ਨੇ, ਬਿਲਕੁਲ ਸਹੀ ਬੰਦਾ ਨਾ ਫਤਿਹਾਬਾਦ ਦਾ ਬੰਦਾ, ਪਤਾ ਨਹੀਂ ਕਿਤੇ ਗੁਜਰਾਂ ਨੂੰ ਰਹਿੰਦਾ ਸੀ ਕਿਤੇ ਕਿੱਥੇ, ਪਤਾ ਨਹੀਂ। ਤਲਾਹ ਤਾਂ ਨਹੀਂ ਦਿੱਤੀ, ਪਰ ਤਲਾਹ ਤਾਂ ਦਿੰਦੇ ਸੀ ਜੇ ਕੋਈ ਬੰਦਾ ਹੋਰ ਕੋਈ ਮੈਂਟਲ ਤੌਰ 'ਚ ਬੰਦਾ, ਬਿਲਕੁਲ ਸਹੀ ਆ ਬਿਆਨ ਤੁਹਾਡੇ ਸਾਹਮਣੇ ਦੇਈ ਜਾਣ ਡਿਆ। ਉਹ ਤਾਂ ਨਹੀਂ ਮੇਰਾ ਬੰਦਾ, ਉਹ ਤਾਂ ਮੇਰਾ ਨਹੀਂ, ਮੇਰੇ ਤੋਂ ਕੋਈ ਆਹ ਬੰਦਾ ਵਾ। ਉਹਨੂੰ ਵੀ ਨਵਾਂ ਮਹੀਨਾ ਵੀ ਨਹੀਂ ਹੋਇਆ। ਕੋਈ ਵੀ ਬੰਦਾ ਰੱਖਦੇ ਆ ਨਾ,